ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਐਮ ਐਸ ਡਬਲਿਊ ਸਟੱਡੀ ਫੋਰ ਜੋਬ ਦੇ ਉੱਤੇ ਦੇਖ ਰਹੇ ਹੋ ਐਮ ਐਸ ਡਬਲਿਊ ਸਟੱਡੀ ਫੋਰ ਜੋਬ। ਅੱਜ ਦੀ ਜਿਹੜੀ ਰਿਕਰੂਟਮੈਂਟ ਹੈਗੀ ਦੇਖ ਸਕੋ ਨਵੀਂ ਦਿੱਲੀ ਵੱਲੋਂ ਹੈਗੀ ਹੈ। ਪ੍ਰਸਾਰ ਭਾਰਤੀ ਵਿਭਾਗ ਦੇ ਵੱਲੋਂ ਜਿਹੜੇ ਕਈ ਅਹੁਦਿਆਂ 'ਤੇ ਜਿਹੜੀਆਂ ਭਰਤੀਆਂ ਲਈ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ। ਇਸ਼ਕ ਉਮੀਦਵਾਰ ਅਪਲਾਈ ਕਰ ਸਕਦੇ ਆ। ਦੇਖ ਸਕੋ ਜਿਹੜੇ ਅਹੁਦੇ ਹੈਗੇ ਆ, ਵੈਕੈਂਸੀ ਹੈਗੀ ਹੈ 60 ਹੈਗੀ ਹੈ ਟੋਟਲ। ਆਖਰੀ ਤਰੀਕ ਉਹਦੀ 6 ਅਗਸਤ 2019, 6 ਅਗਸਤ 2019 ਤੁਸੀਂ ਅਪਲਾਈ ਕਰ ਸਕਦੇ। ਜੇਕਰ ਗੱਲ ਕੀਤੀ ਹੋਵੇ ਅਹੁਦਿਆਂ ਦਾ ਜਿਹੜਾ ਵੇਰਵਾ ਹੈਗਾ, ਮਾਰਕੀਟਿੰਗ ਕਾਰਜਕਾਰੀ ਅਤੇ ਮਾਰਕੀਟਿੰਗ ਕਾਰਜਕਾਰੀ ਗ੍ਰੇਡ 1 ਦੀ ਪੋਸਟ ਹੈਗੀ ਹੈ। ਸਿੱਖਿਆ ਯੋਗਤਾ ਇਸ ਦੇ ਵਿੱਚ ਕੀ ਹੋਏਗੀ ਤੁਹਾਡੇ ਕੋਲ, ਯੋਗਤਾ ਇਲੀਜੀਬਿਲਟੀ ਜਿਹੜੀ ਕੁਆਲੀਫਿਕੇਸ਼ਨ ਤੁਹਾਡੀ ਕੀ ਹੋਣੀ ਚਾਹੀਦੀ ਹੈ। ਉਮੀਦਵਾਰ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਜਾਂ ਸੰਸਥਾ ਤੋਂ ਐਮ ਬੀ ਏ ਮਾਰਕੀਟਿੰਗ ਦੇ ਵਿੱਚ ਪਾਸ ਹੋਵੇ ਜਾਂ ਪੀ ਜੀ ਏ ਡਿਪਲੋਮਾ ਮਾਰਕੀਟਿੰਗ ਦੇ ਵਿੱਚ ਪਾਸ ਕੀਤਾ ਹੋਵੇ। 35 ਸਾਲ ਦੀ ਏਜ ਇਸ ਦੇ ਵਿੱਚ ਜਿਹੜੀ ਹੋਣੀ ਚਾਹੀਦੀ ਹੈ ਵੱਧ ਤੋਂ ਵੱਧ। ਉਸ ਤੋਂ ਬਾਅਦ ਦੇਖ ਸਕਦੇ ਹੋ ਤਨਖਾਹ ਇਸ ਦੇ ਵਿੱਚ ਰੱਖੀ ਜਾਏਗੀ 30,000 ਤੋਂ ਲੈ ਕੇ 40,000 ਮਹੀਨਾ ਜਿਹੜੀ ਤੁਹਾਨੂੰ ਇਸ ਵਿੱਚ ਤਨਖਾਹ ਦਿੱਤੀ ਜਾਏਗੀ। ਚੋਣ ਪ੍ਰਕਿਰਿਆ ਕੀ ਹੋਏਗੀ ਤਾਂ ਉਮੀਦਵਾਰ ਦੀ ਜਿਹੜੀ ਚੋਣ ਇੰਟਰਵਿਊ ਦੇ ਆਧਾਰ 'ਤੇ ਕੀਤੀ ਜਾਏਗੀ। ਸਿੱਧੀ ਇਸ ਦੇ ਵਿੱਚ ਇੰਟਰਵਿਊ ਹੋਏਗੀ, ਕੋਈ ਐਗਜ਼ਾਮ ਨਹੀਂ ਹੋਏਗਾ, ਠੀਕ ਹੈ। ਇੱਛਕ ਉਮੀਦਵਾਰ ਜੋ ਵੀ ਹੈਗੇ ਨੇ ਤਾਂ ਜ਼ਿਆਦਾ ਜਾਣਕਾਰੀ ਲਈ ਇਸ ਵੈਬਸਾਈਟ 'ਤੇ ਆ ਕੇ ਅਪਲਾਈ ਕਰ ਸਕਦੇ ਨੇ। ਇਸ ਵੈਬਸਾਈਟ 'ਤੇ ਤੁਸੀਂ ਹੋਰ ਜਿਹੜੀ ਜਾਣਕਾਰੀ ਫਰਦਰ ਇਨਫੋਰਮੇਸ਼ਨ ਪ੍ਰਾਪਤ ਕਰ ਸਕਦੇ ਹੋ, ਠੀਕ ਹੈ ਜੀ। ਦਿੱਲੀ ਵੱਲੋਂ ਪੋਸਟ ਹੈਗੀ ਹੈ, ਪ੍ਰਸਾਰ ਭਾਰਤੀ ਵੱਲੋਂ ਗੌਰਮੈਂਟ ਜੋਬ ਹੈਗੀ ਹੈ, ਪ੍ਰਸਾਰ ਭਾਰਤੀ ਵਿਭਾਗ ਵੱਲੋਂ। ਥੈਂਕ ਯੂ ਸੋ ਮਚ, ਟੇਕ ਕੇਅਰ। ਵਧੀਆ ਲੱਗਿਆ ਵੀਡੀਓ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰ ਦਿਓ। ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਲੱਗੀ।